मॉर्निंग गायज, डे टू जयपुर। अज आप उठ गए टाइम सर, तो सुरजीत सिंह जी कहते कि चलो जिम ला के आ जाए। तो सुरजीत ने अच लाया हैवी वेट नाल, अज दलजीत आ मॉर्निंग पार्टनर, ये भी कहना मैं भी लाना जिम, तो मैं भी लाइट जी एक्सरसाइज कर रहा वहाँ। हूँ प्लैन ये कि आप जाना है ब्रेकफास्ट करना है, उस तो बाद नहाना है, फिर उस तो बाद फोर्ट्स लिए निकलना है, अमीर फोर्ट तो जल महल, ये दो जगह जाना आप। अज दिखावे तुम भी उत्थे का किदा है व्यू, जाके हम ब्रेकफास्ट करिए, तैयार श्यार होइए, फिर कुछ ऑफिस वाले बंदे नाल भी गलबात करांगे। वो बेचारे कहिंदे व्लॉग च तू पांदा ही नहीं सो हैल्थी ब्रेकफास्ट लक्की सर नाल ब्रेकफास्ट कर रहे राजन। अनूप तो अपने नाल ही सीगा जिम च, पहला आ गया ही ते पवन। अच्छा लक्की सर किदा फिर कल रहा गिफ्ट जिहड़ा तुसीं ओपन कीता होणा, 10 साल वाला कि 7 साल वाला तुहानूं मिलिया? वीरे 10 साल वाला खुशी तुसीं देख रहे हो, खुशी देखी जा सकदी है सुरजीत दे फेस ते। नहीं नहीं बहुत खुश होया यार, मैं असीं सोचा सी घर जाके खोलांगे, मैं क्या चल कुछ होएगा, ब्रश वगैरह होएगी, बेल्ट वगैरह होएगी, इदां सोच के रख्या सी, बट एयरपोर्ट्स नहीं मिले, नहीं सी सोचा, जरा लागे शागे भी नहीं सी पहुंचे, मतलब खुश हां तू, इहदा कोई है नहीं सी। अच्छा उहदा ऑपोजिट होया वा, उहने मंगा ले सी, इन्ने हाले मंगाने सी, ते इहनूं मतलब कंपनी दा गिफ्ट मिल गया, मतलब सुरजीत इज वेरी हैप्पी। हैल्थी ब्रेकफास्ट सुरजीत ने भी हैल्थी जिम ला के आया, मैं इस तों बाद इटली जाऊंगा। असी तैयार हो चुके हैं, ठीक है, ते इधर साढ़े दो सरदार जी तैयार हो रहे ने, इधर आ गए सुरजीत सिंह जी पग बंधे हुए ने, उधर गुरप्रीत सिंह जी शर्टा आयन कर रहे ने। ब्रेकफास्ट हो गया अपना, ब्रेकफास्ट तो बाद आपां के जेड़े रिंकल रुंकल पए होए कपड़िया दे कढ लिए, क्योंकि प्रेस जरूरी है कपड़े। बिलकुल जी बिलकुल, परसनैलिटी नूं माड़ा जिहा भी जमा ही दाग नहीं लगना चाहिए। छेती कि दिंदे नहीं है नंबर बिल, केड़ा एक तां यार बहुत तंग करदे, एक मिंट राजन कुमार दास यो बेबी, राजन हो गया इन द हाउस, यस आई एम टू मच रेडी, राजन पहले ही रेडी थे, ये ਥੱਲੇ ਮਿਲ ਗਿਆ ਸੀ ਬ੍ਰੇਕਫਾਸਟ ਦੇ ਟਾਈਮ ਆਪਾਂ ਨੂੰ। ਓ ਸੱਜੀ ਮੈਂ ਤੇਰਾ ਰਿਵਿਊ ਨਹੀਂ ਲਿਆ। ਓ ਮਾਈ ਗॉड, ਹਾਂ ਸੱਜੀ ਮੈਨੂੰ ਰਿਵਿਊ ਦੱਸ ਤੇਰਾ ਕੀ ਆ, ਬ੍ਰੇਕਫਾਸਟ ਦਾ ਨਹੀਂ, ਬ੍ਰੇਕਫਾਸਟ ਦਾ ਨਹੀਂ, ਗਿਫਟ ਦਾ, ਏਅਰਪੋਰਟ ਦਾ, ਵੇਅਰ ਇਜ਼ ਏਅਰਪੋਰਟ, ਯੈਸ ਇੰਨਾ ਇੰਨਾ ਦਾ ਰਿਵਿਊ ਦੱਸ ਤੂੰ। ਬਹੁਤ ਵਧੀਆ ਸੀ, ਅਨਐਕਸਪੈਕਟਿਡ ਸੀਗਾ ਕੰਪਨੀ ਵੱਲੋਂ, ਮੈਨੂੰ ਐਕਸਪੈਕਟਿਡ ਨਹੀਂ ਸੀਗਾ, ਲੇਕਿਨ ਕੰਪਨੀ ਨੇ ਦਿੱਤੇ, ਮੈਂ ਪੂਰਾ ਸ਼ੌਕਡ ਹਾਂ, ਬਟ ਐਪਰੀਸ਼ੀਏਟਿਡ ਵੀ ਹੈ ਕਿ ਕੰਪਨੀ ਨੇ ਬਹੁਤ ਅੱਛਾ ਇਨੀਸ਼ੀਏਟ ਲਿਆ। ਹਾਂ ਤੇਰੇ ਤਾਂ ਅਪਗ੍ਰੇਡ ਹੋਇਆ, ਤੈਨੂੰ ਤਾਂ ਹੋ ਗਈ ਹੋਈ, ਮੈਂ ਪਹਿਲਾਂ ਦੱਸ ਚੁੱਕਿਆ, ਮੈਂ ਕਿਹਾ ਰਾਜਨ ਵਿਚਾਰ ਨੇ 10 ਦਿਨ ਪਹਿਲਾਂ ਹੀ ਮੰਗਾਏ ਸੀ, ਤੇਰੇ ਕੋਲ ਪਹਿਲਾਂ ਏਅਰਪੋਰਟ ਵਨ ਆ, ਮੇਰੇ ਕੋਲ ਸਿੰਪਲ ਏਅਰਪੋਰਟ ਨੇ, ਹੁਣ ਏਅਰਪੋਰਟ ਪ੍ਰੋ ਮਿਲ ਗਏ ਨੇ। ਸੱਚੀ ਵੀ ਮਤਲਬ ਸੋਚ ਰਿਹਾ ਸੀਗਾ ਤੂੰ ਵੀ ਆਣਾ ਕਿ ਲੈਣੇ ਆ, ਮੈਂ ਪਰਚੇਸ ਕਰਨੇ, ਪਰ ਮੈਂ ਸੈਕੰਡ ਜਨਰੇਸ਼ਨ ਚਾਹੁੰਦਾ ਸੀ, ਲੇਕਿਨ ਚਲੋ ਫਰਸਟ ਜਨਰੇਸ਼ਨ ਹੀ ਮਿਲੀ ਸੈਟੀਸਫਾਈ। ਮਤਲਬ ਇਹ ਬਾਹੂ ਬੰਦੇ ਆਪਣੇ, ਇਹਨੇ ਵੀ 14 ਪ੍ਰੋ ਮੈਕਸ ਮੰਗਾਇਆ ਕੈਨੇਡਾ ਤੋਂ, ਇਹਨੇ ਵੀ 14 ਪ੍ਰੋ ਮੈਕਸ ਮੰਗਾਇਆ ਕੈਨੇਡਾ। ਇੱਕ ਹੈਗਾ ਕਰੰਟ, ਕਰੰਟ ਦਿਖਾਓ ਮਾੜਾ ਜਿਹਾ, ਦਿਖਾਓ ਪਰਪਲ ਕਲਰ, ਅਮੀਰ ਹੋ ਗਿਆ, ਮਤਲਬ ਪਹਿਲਾਂ ਤਾਂ ਮੈਂ ਉਹਨੂੰ ਟੌਂਟ ਮਾਰਦਾ ਹੁੰਦਾ ਸੀਗਾ ਕਿ ਤੁਸੀਂ ਮਟਰੋਲਾ ਵਾਲੇ ਹੀ ਦਿਓ, ਮਤਲਬ ਆ ਆਪਣੇ ਕੋਲ 30 ਨਾ, ਇਹਨੇ ਕਹਿੰਦਾ ਮੈਂ ਤੇਰੇ ਤੋਂ ਉੱਪਰ ਵਾਲਾ ਮਾਡਲ ਮੰਗਾਉਣਾ, ਇਹਨੇ 14 ਪ੍ਰੋ ਮੰਗਾਇਆ, ਹੁਣ ਆਪਾਂ ਨੂੰ ਮੰਗਾਉਣਾ ਪੈਣਾ 15 ਸੁਰਜੀਤ ਮੇਰੇ ਨਾਲ ਆ, ਬਿਲਕੁਲ ਬਿਲਕੁਲ 15 ਅੰਦਰ ਵੀ 15 ਵਾਲੇ, ਮਤਲਬ 3-15 ਆਣੇ ਆ, ਉਹਨੇ ਜਿਹੜਾ ਮੰਗਾਇਆ 14 ਪ੍ਰੋ ਨੇ ਦੀਦੀ ਨੂੰ ਦਿੱਤਾ, ਤਾਂ ਉਹਦਾ 15 ਆਊਗਾ, ਇੱਕ ਇਹਦਾ 15 ਆਊਗਾ, ਇੱਕ ਆਪਣਾ 15 ਆਊਗਾ, ਤਿੰਨ ਇਕੱਠੇ।
ਲੋ ਵੀ ਤਿਆਰੀਆਂ ਸ਼ਿਆਰੀਆਂ ਹੋ ਗਈਆਂ ਹੁਣ ਆਪਾਂ ਚੱਲੇ ਹਾਂ ਅਮੀਰ ਫੋਰਟ ਮਤਲਬ ਆਪਣੀ ਪਹਿਲੀ ਲੋਕੇਸ਼ਨ ਅਮੀਰ ਫੋਰਟ ਫਿਰ ਆਪਾਂ ਆਉਣਾ ਆ ਇੱਥੇ ਲੰਚ ਕਰਨ ਵਾਪਸ 1:30 ਵਜੇ ਬਿਲਕੁਲ ਉਸ ਤੋਂ ਬਾਅਦ ਆਪਾਂ ਜਾਣਾ ਜਲ ਮਹਿਲ ਉਹ ਵੀ ਦਿਖਾਵਾਂਗੇ ਸੱਚੀ ਵਰਾਇਟੀ ਹੈ ਪੂਰਾ ਲਿਸ਼ਕ ਰਿਹਾ ਨਾਲ ਸੁਰਜੀਤ ਲੱਕੀ ਸਰ ਔਨ ਕਾਲ ਵਿਦ ਟੀਮ ਅਤੇ ਆਪਣੀ ਟੀਮ 'ਚ ਹੋ ਰਿਹਾ ਜੀ ਇੱਕ ਸਿਮਰਨ ਸ਼ਰਮਾ ਸਾਕਸ਼ੀ ਪਾਵਰ ਪਲਾਂਟ ਵਾਲੀ ਹੋਰ ਆਪਣੇ ਬੰਦੇ ਕਿੱਥੇ ਗਏ ਬਾਕੀ ਸਾਰੇ ਗੈਪ ਹੋ ਚੁੱਕੇ ਸੁਨੀਲ ਸਰ ਅਤੇ ਅਮਨ ਮੈਮ ਪਿੱਛੇ ਆ ਸ਼ਿਵਾਨੀ ਮੈਮ ਇਹਨਾਂ ਨੇ ਆਪਣੇ ਨਾਲ ਜਾਣਾ ਬਾਕੀ ਸਾਰੇ ਗਰੁੱਪ 'ਚ ਖੜੇ ਹੋਏ ਆ ਬੰਦੇ ਇਹ ਸਾਰੇ ਆਫਿਸ ਵਾਲੇ ਅਸੀਂ ਆਏ ਹਾਂ ਕਿੰਨੇ ਜਾਣੇ ਆਪਾਂ 70-80 ਜਾਣੇ ਹੈਗੇ ਹਾਂ 80 ਜਾਣੇ ਹੈਗੇ ਹਾਂ ਇੱਕ ਗਰੁੱਪ ਆਪਣਾ ਚੱਲ ਗਿਆ ਜੀਪ ਸਾਰੀਆਂ ਆਈਆਂ ਇਹਨਾਂ 'ਚ ਬਹਿ ਕੇ ਜਾਣਾ ਆਪਾਂ ਲਓ ਵੀ ਮੋਹਿਤ ਵੀ ਆ ਗਿਆ ਤਿਆਰ ਹੋ ਕੇ ਮੋਹਿਤ ਕਿੱਦਾਂ ਰਿਹਾ ਕੱਲ੍ਹ ਮਜ਼ਾ ਆਇਆ ਡੀਜੇ ਡੂਜੇ ਫਨ ਕੀਤਾ ਤੂੰ ਬਹਿ ਜਾਓ ਕੁੜੀਆਂ ਹਨ ਸਾਰੀਆਂ ਹਾਂਜੀ ਸੀਟ ਨਹੀਂ ਮਿਲੀ ਤੁਹਾਨੂੰ ਤੇ ਬੈਠੋ ਯਾਰ ਕਿਸੇ 'ਚ ਲੱਭ ਕੇ ਮੈਂ ਕਹਿੰਦਾ ਇਹਦੀ ਚਾਬੀ ਫੜੋ ਏ ਥਾਰ ਦੀ ਅੱਗੇ ਤੁਸੀਂ ਬਹਿ ਜਾਓ ਬਾਏ ਗਰਲਸ ਯੈਸ ਆ ਆਪਣੀ ਆ ਗਈ ਜੀਪ ਹੈਗੀ ਆ ਸੀਟ ਅੱਛਾ ਯਾਰ ਹੁਣੀ ਅੱਗੇ ਬੈਠਣਗੇ ਲਓ ਜੀ ਰਾਜਨ ਦੇ ਨਾਲ ਬੈਠ ਕੇ ਜਾਵਾਂਗੇ ਆਪਾਂ ਭਾਜੀ ਕਿੰਨੀ ਕੁ ਦੂਰ ਆ ਫੋਰਟ ਜਿਹੜੇ ਹੁਣ ਆਪਾਂ ਚੱਲੇ ਹਾਂ ਅਮੀਰ 1.5-2 ਕਿਲੋਮੀਟਰ ਦੂਰ ਆ ਮਤਲਬ ਲੱਗ ਗਈ ਆ ਜਿਹੜਾ ਸਾਹਮਣੇ ਦਿਖ ਰਿਹਾ ਉਹ ਤਾਂ ਨਹੀਂ ਅੱਛਾ ਸੋਹਣਾ ਲੱਗ ਗਈ ਆ ਫੋਟੋ ਪੈਦਲ ਯਾਤਰਾ ਤਾਂ ਵੈਸੇ ਆਪਾਂ ਨਹੀਂ ਕਰਨਾ ਚਾਹੁੰਦੇ ਤੇ ਜਿਹੜੇ ਦੂਸਰੇ ਆ ਭਾਜੀ ਨਾਹਰਗੜ੍ਹ ਤੇ ਲੋਹਗੜ੍ਹ ਆ ਦੂਜਾ ਨਾਹਰਗੜ੍ਹ ਵੀ ਇਹ ਗਾੜੀ ਜਾਏਗੀ ਅੱਛਾ 3 ਵਜੇ ਨਾਹਰਗੜ੍ਹ ਕੀ ਤਰਫ ਚਲੇਗੇ ਓਕੇ ਨਾਹਰਗੜ੍ਹ ਜੇਗੜ੍ਹ ਦੋਨੋਂ 3 ਵਜੇ ਬਾਅਦ ਕਰੇਗੇ ਇੱਥੋਂ ਜਲ ਮਹਿਲ ਕਿੰਨਾ ਆ ਅੱਜ ਜਲ ਮਹਿਲ ਦਾ ਵੀ ਆ ਨਾ ਜਲ ਮਹਿਲ ਔਨ ਦਾ ਵੇ ਰੋਡ ਤੇ ਦੇਖਨੇ ਕਾ ਹੈ ਜੈਪੁਰ ਸਿਟੀ ਕੀ ਤਰਫ ਅੱਛਾ ਆਪਾਂ ਹੀ ਸੇਮ ਰੋਡ ਤੇ ਆਹੋ ਮਤਲਬ ਆਪ ਜੈਪੁਰ ਸਿਟੀ ਕੀ ਤਰਫ ਜਾਏਗੇ ਤਾਂ ਰਸਤੇ ਮੈਂ ਆਪਕੋ ਦੇਖਤੇ ਹੋਏ ਜਾਣਾ ਹੈ ਉਹ ਓਕੇ ਆਰ ਯੂ ਗਾਇਜ਼ ਐਕਸਾਈਟਡ ਯੈਸ ਮੈਂ ਵਾਈਡ ਐਂਗਲ ਕਰਾ ਕੌਣ ਅੰਕਿਤ ਸਰ ਅਸੀਂ ਅੱਜ ਨਾਲ ਗਗਨ ਮੋਹਿਤ ਦਾ ਪਹਿਲਾਂ ਇੰਟਰ ਹੋ ਗਿਆ ਨਾਲ ਪ੍ਰਸ਼ਾਂਤ ਮੋਹਿਤ ਦਾ ਬੈਸਟ ਫਰੈਂਡ ਤੇ ਨਾਲ ਉਹਦਾ ਨਾਮ ਨੂੰ ਭੁੱਲ ਗਿਆ ਹਾਂ ਨਾਮ ਜਿੰਦਰ ਤਜਿੰਦਰ ਦੇ ਨਾਲ ਇੱਧਰ ਸੁਖਮਨ ਅੰਕਿਤ ਸਰ ਦੇ ਵਿੱਚ ਇਹ ਆਪਣੇ ਨਾਲ ਅਜੀਬ ਚ ਹਾਂ ਵਿਕਾਸ ਸਰ ਐ ਦਲੀਆਂ ਕੱਢ ਰਿਹਾ ਉਹ ਹਾਥੀ ਆ ਗਈ ਜੀਪਸ ਦੀਆਂ ਰਾਈਡ ਲੈਣ ਤੋਂ ਬਾਅਦ ਆਪਾਂ ਫੋਰਟ ਪਹੁੰਚ ਗਏ ਹਾਂ ਐਂਟਰੀ ਪੁਆਇੰਟ ਇੱਕ ਉਹ ਸਾਹਮਣੇ ਫੋਰਟ ਉੱਪਰ ਦਿਖ ਰਿਹਾ ਮੈਨੂੰ ਪਤਾ ਨਹੀਂ ਕਿਹੜਾ ਆ ਸੋ ਆ ਬੰਦੇ ਜਾ ਰਹੇ ਆਪਣੇ लोकल प्रजाजी एंट्री हुआ करती थी यहाँ जब भी अपना कोई फंक्शन हुआ करता था या फिर सेना का परेड होता था राजा और रानी दोनों सामने अपने सीढ़ियों के ऊपर छतरियाँ लगी हुई है वहाँ पे बैठ करके ये सारे फंक्शन को देखा करते थे उनके जो अतिथि गेस्ट वगैरह आया करते थे ये सामने की तरफ बैठा करते थे ऊपर छत के ऊपर तो एक सिस्टम वाइज होता था उनका बैठने का तरीका यहाँ पे जब भी किसी सेना का परेड हुआ करता था उसको सलामी वगैरह राजा लोग यहीं से खड़े होकर के लिया करते थे ਵਾਹ ਸ਼ੀਸ਼ ਮਹਿਲ ਸਾਰੇ ਸ਼ੀਸ਼ੇ ਹੀ ਲੱਗੇ ਇੱਥੇ ਇੰਟਰਸਟਿੰਗ ਚੀਜ਼ ਆ
इत्थे दी अमीर फोर्ट दे इत्थे दा जिहड़ा राजा सी उहदियां 12 राणियां सीगियां। मतलब इह साडे गाइड ने हुणी दस्सिया 12 राणियां मतलब तीन सामने रहिंदियां सीगियां, तीन इधर ते तीन ही उधर। तो एक जिहड़ी महाराणी सी उह सामने जिहड़ा मार्बल वाला पार्ट आ उत्थे। सो इंटरस्टिंग पार्ट इज़ कि आ जिहड़ा आ ना आ दिख रिहा तुहानूं एरिया इत्थे किसी जे किसी भी राणी नूं कोई प्रॉब्लम हुंदी सी ना तो वह इत्थे आके राजे नूं दसदी सीगी कि आह आह प्रॉब्लम आ। मतलब उन्हें कहा कि इन्हू मिनी कोट कहें। सो दिस इज़ मिनी कोट। तो एक होर चीज़ इंट्रस्टिंग ये है कि मतलब राजे ने ना सारिया राणियों नू आपस च मिलन तो मना किया होया सी ताकि ये गोसिप्स ना कर सकन। सो इत्थे दा ट्रेडिशन आ बिल्कुल। जनता ग्रुप फोटो लिए रेडी हो रही है। साढ़े फोटोग्राफर साहब आ मैं अमीर फोर्ट आप देख लिया सारा। हूँ असं वापस चले हम पार्किंग एरिया च। शिवानी मैम ने मैसेज पाता कि सारे जने पार्किंग एरिया च आ जाओ। तो आ है अपने मैम ज्योति जेठमलानी मैम। ये जयपुर दे ही आ। ये रिमोट काम करते अपने नाल। मेरी दो चार वाली टॉक हुई है इन्होंने रिमोट काम करके बड़ी एक्टिव। हाँ मैम एक्टिव आ पूरे। ये तो है मैम। मतलब जयपुर बारे सानू कुछ दसो। जयपुर बहुत ब्यूटीफुल है। हाँ। लोग बहुत ब्यूटीफुल है और वार्म हार्ट वेलकमिंग है। बहुत अच्छे से आपको ट्रीट करते हैं और यहाँ पर कुछ भी आओ तो जरूर लेके जाना। यहाँ बहुत सारी अच्छी अच्छी यादें हैं राजाओं की महाराजाओं की और बहुत ब्यूटीफुल बहुत सारे अच्छे फ्रेंड्स भी हैं। बड़ी राणियां हैं चलो ठीक है। हूँ अपना नैक्सट है नाहरगढ़ फोर्ट। मतलब मैं सवेरे कहता कि जल महल वो नहीं है शड्यूल चेंज प्लैन चेंज नाहरगढ़ फोर्ट वाला। मैं सोच रहा ये ब्लॉग लंबा हो जाना तो वो नैक्सट ब्लॉग पाऊंगा। सो बाय बाय पार्ट टू। बाय बाय।